ਘੈਂਟ ਘੈਂਟ ਪਰ ਇਹ ਜਮਾਂ ਦੇਸੀ ਸਟਾਈਲ 'ਚ ਬਣਾਇਆ ਨਾ ਅਤੇ ਮੈਂ ਇੰਨਾ ਨਜ਼ਾਰਾ ਆ ਗਿਆ। ਵੈਲਕਮ ਟੂ ਬੈਕ ਮਾਈ ਅਨਦਰ ਵਲੋਗ ਅਤੇ ਆਈ ਹੋਪ ਯਾਰ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਆਈ ਐਮ ਆਲਸੋ ਫਾਈਨ ਯਾਰ। ਅਤੇ ਮਿੱਤਰੋ ਯਾਰ ਆਪਣਾ ਲਾਸਟ ਵਲੋਗ ਸੀ ਜਿਹੜਾ ਉਹ ਯਾਰ ਬਹੁਤ ਘੈਂਟ ਚੱਲਿਆ, ਤੁਸੀਂ ਬਹੁਤ ਪਿਆਰ ਦਿੱਤਾ ਅਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਬਈ। ਅਤੇ ਜਿਹੜਾ ਆਹ ਵਾਲਾ ਵਲੋਗ ਹੈ ਵਲੋਗ ਨੰਬਰ 45 ਅਤੇ ਇਹਨੂੰ ਕਰਨ ਲੱਗੇ ਹਾਂ ਸ਼ੁਰੂ ਆਪਾਂ। ਅਤੇ ਯਾਰ ਜਿਹੜਾ ਆਪਣਾ ਲਾਸਟ ਵਲੋਗ ਸੀ ਨਾ ਉਹਦੇ ਰਾਹੀਂ ਆਪਾਂ ਨੂੰ ਘੱਟੋ ਘੱਟ 400-500 ਦੇ ਨੇੜੇ ਬੰਦੇ ਆਪਣੇ ਨਾਲ ਬਾਈ ਜੁੜੇ ਆ, ਨਵੇਂ ਆਪਣੇ ਚੈਨਲ 'ਤੇ ਆਏ ਆ ਅਤੇ ਆਪਾਂ ਤੁਹਾਡਾ ਬਾਈ ਸਵਾਗਤ ਕਰਦੇ ਹਾਂ ਚੈਨਲ 'ਤੇ। ਅਤੇ ਯਾਰ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ। ਅਤੇ ਅੱਜ ਦਾ ਜਿਹੜਾ ਵਲੋਗ ਹੈ ਇਹ ਆ ਯਾਰ ਬਿਲਕੁਲ ਦੇਸੀ, ਕਿਉਂਕਿ ਵਾਹਵਾ ਟਾਈਮ ਹੋ ਗਿਆ ਯਾਰ ਪੀਜ਼ਾ ਖਾਣ ਦਾ ਮਨ ਜਿਹਾ ਸੀਗਾ ਅਤੇ ਮੰਮੀ ਨੂੰ ਕਿਹਾ ਵੀ ਪੀਜ਼ਾ ਵਗੈਰਾ ਬਣਾਓ ਅਤੇ ਉਹ ਖਾਵਾਂਗੇ। ਅਤੇ ਕਾਰਨ ਇਹ ਵੀ ਬਣਾਵਾਂਗੇ ਪੂਰੇ ਦੇਸੀ ਸਟਾਈਲ 'ਚ, ਹਰੇਕ ਚੀਜ਼ ਘਰ ਦੀ ਹੋਊਗੀ। ਅਤੇ ਜਿਹੜੇ ਬਾਈ ਨਵੇਂ ਜੁੜੇ ਹੋਏ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਯਾਰ ਚੈਨਲ ਨੂੰ। ਅਤੇ ਹੁਣ ਆਪਾਂ ਵਲੋਗ ਨੂੰ ਸ਼ੁਰੂ ਕਰਦੇ ਹਾਂ। ਚਲੀਏ ਬਾਈ ਹੁਣ ਕਿਚਨ 'ਚ ਚੱਲਦੇ ਹਾਂ ਆਪਾਂ ਅਤੇ ਉੱਥੇ ਦੇਖਦੇ ਹਾਂ ਸਮਾਨ ਵਗੈਰਾ ਰੈਡੀ ਕਰੀ ਜਾਂਦੇ। ਮੈਂ ਤਾਂ ਹੋ ਗਿਆ ਸਮਾਨ ਕਿ ਅਜੇ ਹੋਈ ਜਾਂਦਾ। ਹਾਂ ਮਿਰਚਾਂ ਤੋੜ ਲਿਆਵਾਂ ਬਾਈ ਆਪਣਾ ਨਾ ਸਾਹਮਣੇ ਉੱਧਰ ਘਰੇ ਮਾੜੇ ਮੋਟੀਆਂ ਮਤਲਬ ਸਬਜ਼ੀ ਵਗੈਰਾ ਮਿਰਚਾਂ ਵਗੈਰਾ ਲਾ ਰੱਖੀਆਂ ਅਤੇ ਉਹ ਤੋੜ ਕੇ ਲਿਆਉਣੇ ਆ। ਤਾਂ ਹੀ ਤਾਂ ਕਿਹਾ ਵੀ ਹਰੇਕ ਚੀਜ਼ ਦੇਸੀ ਸਟਾਈਲ 'ਚ ਹੀ ਹੋਊਗੀ, ਘਰ ਦੀ ਹੋਊਗੀ। ਉਹ ਤਾਂ ਸਾਹਮਣੇ ਇੱਧਰ ਲਾ ਰੱਖੀਆਂ ਬਾਈ ਆਪਾਂ ਸਬਜ਼ੀਆਂ ਥੋੜ੍ਹੀਆਂ ਬਹੁਤ, ਕਿਉਂਕਿ ਡੈਡੀ ਨੂੰ ਆਪਣੇ ਨੂੰ ਹੈਗਾ ਖੇਤੀਬਾੜੀ ਕਰਨ ਦਾ ਮਾੜਾ ਮੋਟਾ ਸ਼ੌਂਕ, ਵੀ ਜਿਵੇਂ ਮਾੜੀ ਜਗ੍ਹਾ 'ਤੇ ਇਹਦੇ 'ਚ ਲਾ ਰੱਖੀ ਆ, ਜਿਵੇਂ ਹੁਣ ਆਹ ਭਿੰਡੀਆਂ ਲੱਗੀਆਂ ਹੋਈਆਂ ਇਸੇ ਲੱਗੀਆਂ ਵੀ ਹੋਣੀਆਂ ਇੱਕ ਦੋ, ਅਤੇ ਆਹ ਮਿਰਚਾਂ ਦੇ ਬੂਟੇ ਆ ਅਤੇ ਆਹ ਬੈਂਗਣੀ ਵਗੈਰਾ, ਅਤੇ ਆਪਾਂ ਨੂੰ ਚਾਹੀਦੀ ਹੈ ਸ਼ਿਮਲਾ ਮਿਰਚ ਉਹਦੇ ਵਾਸਤੇ। ਅਤੇ ਸ਼ਿਮਲਾ ਮਿਰਚ ਲੱਗੀ ਹੋਊਗੀ, ਹਾਂ ਇੱਥੇ ਲੱਗੀ ਇੱਕ ਛੋਟੀ ਜੀ, ਆਹ ਲੈ ਲੈਂਦੇ ਹਾਂ, ਆਹ ਰਹਿਣ ਦਿੰਦੇ ਛੋਟੀ ਨਹੀਂ, ਆਹ ਠੀਕ ਹੈ, ਆਹ ਲੱਗੀ, ਇਹ ਦੋ ਲੈ ਚੱਲਦੇ ਹਾਂ, ਇੱਕ ਆਹ ਅਤੇ ਇੱਕ ਆਹ ਲੈ ਬਈ। ਸ਼ਿਮਲਾ ਮਿਰਚਾਂ ਤਾਂ ਮਿਲ ਗਈਆਂ, ਪਿਆਜ਼ ਵੀ ਘਰੇ ਪਏ ਆ, ਬਾਕੀ ਸਮਾਨ ਵਗੈਰਾ ਪੂਰੀ ਆਪਾਂ ਤੁਹਾਨੂੰ ਰੈਸਪੀ ਦੱਸਾਂਗੇ ਵੀ ਦੇਸੀ ਸਟਾਈਲ 'ਚ ਬਿਨਾਂ ਮਾਈਕ੍ਰੋਵੇਵ ਦੇ ਆਪਾਂ ਕਿਵੇਂ ਬਣਾ ਸਕਦੇ ਹਾਂ, ਹੈ ਨਾ। ਚਲੀਏ ਆਪਾਂ ਉੱਧਰ, ਆਹ ਲਿਆਉਂਦੇ ਹਾਂ ਸ਼ਿਮਲਾ ਮਿਰਚ ਅਤੇ ਇਹਨਾਂ ਨੂੰ ਧੋ ਲਈਏ ਆਪਾਂ, ਹੈ ਨਾ, ਧੋ ਕੇ ਵਧੀਆ ਸਾਫ਼ ਜਿਹੇ ਹੋ ਜਾਣਗੇ। ਅਤੇ ਇੱਧਰ ਆ ਪਿਆਜ਼ ਅਤੇ ਟਮਾਟਰ ਆ ਕੱਟ ਰਹੇ, ਇਹਦੇ ਉੱਪਰ ਮਤਲਬ ਪੀਜ਼ੇ ਦੇ ਉੱਤੇ ਰੱਖਾਂਗੇ। ਅਤੇ ਆਹ ਸਮੱਗਰੀ ਵਗੈਰਾ ਯੂਜ਼ ਕੀਤੀ ਜਾਊਗੀ, ਆਹ ਮੈਦਾ ਵਗੈਰਾ ਹੋ ਗਿਆ, ਦਹੀਂ, ਘਿਓ, ਚੀਨੀ, ਮੰਮੀ ਆ ਗਈ ਆ, ਬੈਕਿੰਗ ਸੋਡਾ, ਠੀਕ ਹੈ। ਓਵਨ ਓਵਨ ਹੈ ਘਰੇ ਬਾਈ, ਓਵਨ ਪਿਆ ਹੋਇਆ, ਪਰ ਯਾਰ ਓਵਨ 'ਚ ਨਹੀਂ ਬਣਾਵਾਂਗੇ ਆਪਾਂ, ਬਣਾਵਾਂਗੇ ਦੇਸੀ ਸਟਾਈਲ 'ਚ। ਆਹ ਦੇਖੋ ਕੜਾਹੀ 'ਚ ਗਰਮ ਕਰ ਰੱਖਿਆ ਤਾਂ ਹੋ ਜਾਂਦਾ, ਨਮਕ ਪਾ ਕੇ, ਕੜਾਹੀ ਦੇ ਵਿੱਚ ਆ ਨਮਕ ਪਾ ਕੇ, ਅਤੇ ਨੋਰਮਲ ਨਮਕ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਯਾਰ ਬਾਈ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਇਹਦੇ ਉੱਤੇ ਆ ਥੋੜ੍ਹਾ ਰੱਖ ਕੇ, ਅਤੇ ਇਹਦੇ ਉੱਤੇ ਰੱਖ ਦਾਂਗੇ ਬੇਸ ਵਗੈਰਾ। ਮੋਸਟਲੀ ਪਤਾ ਕੀ ਆ ਬਾਈ, ਬੇਸ ਵਗੈਰਾ ਵੀ ਬਾਜ਼ਾਰੋਂ ਮਿਲਦਾ ਪੀਜ਼ਾ ਬੇਸ, ਪਰ ਆਪਾਂ ਬੇਸ ਵੀ ਘਰ ਹੀ ਬਣਾਵਾਂਗੇ ਯਾਰ, ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਹਰੇਕ ਚੀਜ਼ ਘਰ ਦੀ ਤਿਆਰ ਕਰਾਂਗੇ ਆਪਾਂ। ਅਤੇ ਹੁਣ ਬਸ ਆ ਸਮਾਨ ਵਗੈਰਾ ਰੈਡੀ ਹੁੰਦਾ, ਫਿਰ ਮਿਲਦੇ ਹਾਂ ਆਪਾਂ। ਮਿੱਤਰੋ ਆਹ ਸਮਾਨ ਹੋ ਗਿਆ ਆਪਣਾ ਰੈਡੀ, ਜਿਹੜਾ ਆਪਾਂ ਬੇਸ ਦੇ ਉੱਤੇ ਪਾਵਾਂਗੇ, ਅਤੇ ਆਹ ਬੇਸ ਤਿਆਰ ਹੋ ਰਿਹਾ ਹੈਗਾ। ਇੱਕ ਕੋਲੀ ਮੈਦਾ, ਹਾਂ ਇੱਕ ਕੋਲੀ ਮੈਦਾ, ਹੋਰ ਇੱਕ ਚਮਚ ਬੈਕਿੰਗ ਪਾਊਡਰ, ਇੱਕ ਚਮਚ ਬੈਕਿੰਗ ਪਾਊਡਰ ਪਾਉਣਾ, ਅੱਧਾ ਬੈਕਿੰਗ ਸੋਡਾ, ਹਾਂ ਅੱਧਾ ਬੈਕਿੰਗ ਸੋਡਾ, ਆ ਬੈਕਿੰਗ ਪਾਊਡਰ ਬੈਕਿੰਗ ਸੋਡਾ ਉਹੀ ਹੋ ਗਿਆ ਇਹ, ਨਹੀਂ ਅੱਡਾ, ਅੱਛਾ ਇਹ ਅਲੱਗ ਹੈ, ਇਹ ਅਲੱਗ, ਇਹ ਬੈਕਿੰਗ ਬੈਕਿੰਗ ਪਾਊਡਰ, ਇਹ ਬੈਕਿੰਗ ਸੋਡਾ, ਠੀਕ ਹੈ ਠੀਕ ਹੈ। ਅਤੇ ਆਹ ਚੀਨੀ, ਇੱਕ ਚਮਚ ਚੀਨੀ, ਦੋ ਚਮਚ ਘਿਓ, ਦਹੀਂ ਤੇ ਨਮਕ, ਇਹਦੇ ਨਾਲ ਬੇਸ ਤਿਆਰ ਹੋ ਜੂਗਾ, ਜਿਹੜਾ ਪੀਜ਼ਾ ਬੇਸ ਹੁੰਦਾ ਮੇਨ, ਤੇ ਉਹਦੇ ਉੱਤੇ ਆਹ ਆਪਾਂ ਸਾਰਾ ਲਗਾਵਾਂਗੇ, ਇਹਦੇ ਨਾਲ ਹੀ ਥੋੜੀ ਜਿਹੀ ਰੰਗਤ ਜੀ ਆਊਗੀ, ਵਧੀਆ ਲੱਗੂਗਾ। ਗਰਮੀ ਯਾਰ ਹੋ ਗਈ ਵਾਹ ਵਾਹ। ਤੇ ਯਾਰ ਇੱਕ ਜਿਹੜਾ ਪੀਜ਼ਾ ਬੇਸ ਉਹਦੇ ਉੱਤੇ ਆਪਾਂ ਲਾਨੇ ਆ ਉਹ ਹੈਗਾ ਬਈ ਆਹ ਪੀਜ਼ਾ ਪਾਸਤਾ ਸੋਸ, ਇਹ ਮਤਲਬ ਜ਼ਿਆਦਾ ਕੋਸਟਲੀ ਨਹੀਂ ਹੈਗੀ, 80 ਰੁਪਏ ਦੀ ਹੈਗੀ ਆ, ਬਾਜ਼ਾਰੋਂ ਮਿਲ ਜਾਂਦੀ, ਇੱਕ ਵਾਰੀ ਲੈ ਲਓ ਵਾਹਵਾ ਟਾਈਮ ਚੱਲ ਜਾਂਦੀ ਆ ਇਹ। ਇੱਕ ਚੀਜ਼ ਹੋਰ ਦਿਖਾਉਂਦੇ ਆ ਪੀਜ਼ਾ ਦੀ ਸਭ ਤੋਂ ਮੇਨ, ਅਤੇ ਉਹ ਹੈ ਪੀਜ਼ਾ ਚੀਸ, ਇਹ ਵੀ ਘਰੇ ਤਿਆਰ ਕੀਤੀ ਹੋਈ ਹੈ, ਇਹ ਤਿਆਰ ਕੀਤੀ ਹੈ ਦੁੱਧ, ਦੁੱਧ ਦੇ ਵਿੱਚ ਵਿਨੀਗਰ ਉਹ ਪਾ ਕੇ, ਵਿਨੀਗਰ ਹੈ ਨਾ ਉਹ ਜਿਹਨੂੰ ਕਹਿੰਦੇ ਹਾਂ ਆਪਾਂ ਸਿਰਕਾ, ਹਾਂ ਸਿਰਕਾ ਵਗੈਰਾ ਪਾ ਕੇ ਦੁੱਧ ਨੂੰ ਫਾੜ ਕੇ ਉਸ ਤੋਂ ਬਾਅਦ ਇਹ ਤਿਆਰ ਹੋਈ ਹੈਗੀ ਆ। ਪਨੀਰ ਦੇ ਵਿੱਚ ਮੈਦਾ, ਮੈਦਾ ਇਹਦੇ ਵਿੱਚ, ਅੱਛਾ ਨਮਕ,
ठीक है मैदा घ्यो नमक जिहड़ी उपरले पासे चीज़ वगैरह नहीं आती गी वो चीज़ जिवें उपरले पासे आपां कद्दूकस करके वगैरह पावांगे तुहानू पा के दिखावांगे भाई जिन्ना चिर आ समान वगैरह जिहड़ा आपां पीज़ा बेस आ इहनू 10 मिनट लई रखना है तो आ भी चलाता इन्हें नमक गर्म हो जाएगा तो सेक वधिया बन जाएगा उन्ना चिर आपां 2 मिनट थोड़े नाल करदे आं गल ते यार भाई मैनू जिवें मैसेज वगैरह आए सीगे मित्रों भाई यार ਕਿਹੜਾ ਕੈਮਰਾ ਬਾਈ ਕਿਹੜੇ ਕੈਮਰੇ ਤੋਂ ਸ਼ੂਟ ਕਰਦੇ ਹੋ ਜਾਂ ਕਿਹੜੇ ਮੋਬਾਈਲ ਤੋਂ ਸ਼ੂਟ ਕਰਦੇ ਹੋ ਤੇ ਬਾਈ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਕਰਦੇ ਹਾਂ ਭਰਾ ਗੋਪਰੋ ਤੋਂ ਸ਼ੂਟ ਕਰਦੇ ਹਾਂ ਜਦੋਂ ਮੈਂ ਨੇਪਾਲ ਟੂਰ ਕੱਢਿਆ ਸੀਗਾ ਉਸ ਤੋਂ ਪਹਿਲਾਂ ਹੀ ਥੋੜ੍ਹਾ ਚਿਰ ਪਹਿਲਾਂ ਹੀ ਲਿਆ ਸੀਗਾ ਆਪਾਂ ਅਤੇ ਆਹ ਦੇਖੋ ਬਾਈ ਇਹ ਗੋਪਰੋ ਹੀਰੋ 7 ਬਲੈਕ ਅਤੇ ਆਪਾਂ ਨੂੰ ਪਿਆ ਸੀਗਾ ਵੀ 27 ਦੇ ਨੇੜੇ ਪੈ ਗਿਆ ਸੀਗਾ ਐਕਚੁਅਲੀ 27 ਦੇ ਨੇੜੇ ਤਾਂ ਪਿਆ ਸੀ ਕਿਉਂਕਿ ਮੈਨੂੰ ਇਹਦੇ ਨਾਲ ਸਮਾਨ ਵਗੈਰਾ ਵੀ ਮਿਲ ਗਿਆ ਸੀਗਾ ਸਮਾਨ ਵਗੈਰਾ ਤੁਹਾਨੂੰ ਦਿਖਾਉਣੇ ਆ ਦੇਖੋ ਟੋਟਲੀ ਅਸੈਸਰੀ ਵਗੈਰਾ ਸੀਗੀ ਨਾਲ ਦੋ ਤਿੰਨ ਬੈਟਰੀਆਂ ਸੀਗੀਆਂ ਅਤੇ ਨਾਲ ਆਹ ਦੇਖੋ ਆਹ ਸਾਰੀ ਅਸੈਸਰੀ ਆ ਬਾਈ ਜਿਹੜੀ ਗੋਪਰੋ ਦੇ ਨਾਲ ਮਿਲੀ ਹੈ ਮੈਨੂੰ ਅਤੇ ਇਸ ਕਰਕੇ ਉਹ ਨਵਾਂ ਤਾਂ ਹੈਗਾ 30 ਦੇ ਨੇੜੇ ਆ ਪਰ ਹੁਣ ਤਾਂ ਬੰਦ ਹੋ ਗਿਆ ਹੈ ਨਾ ਅਤੇ ਇਸ ਕਰਕੇ ਮਿੱਤਰੋ ਆਹ ਆਪਾਂ ਨੂੰ ਪੈ ਗਿਆ ਸੀਗਾ 27,000 ਰੁਪਏ ਦਾ ਅਤੇ ਆਪਾਂ ਨੂੰ ਡੀਲ ਵਧੀਆ ਲੱਗੀ ਅਤੇ ਇਸ ਕਰਕੇ ਆਪਾਂ ਡੀਲ ਕਰ ਲਈ ਬਾਈ ਲੈ ਵੀ ਮਿੱਤਰੋ 10 ਮਿੰਟ ਹੋਏ ਪੂਰੇ ਅਤੇ ਉਦੋਂ ਬਾਅਦ ਆਪਾਂ ਆਏ ਹਾਂ ਫਿਰ ਕਿਚਨ 'ਚ ਅਤੇ ਆਹ ਬਸ ਵੈਸੇ ਤਾਂ ਇਹ ਜਿੰਨਾ ਕੁ ਆਪਾਂ ਗੁੰਨਿਆ ਸੀ ਇਹਦੇ 3 ਬਣ ਜਾਣਗੇ ਪੀਜ਼ੇ ਪਰ ਆਪਾਂ 3 ਨਹੀਂ ਆਪਾਂ 1 ਹੀ ਬਣਾਵਾਂਗੇ ਅਤੇ ਇੱਧਰਲੇ ਪਾਸੇ ਆਹ ਵੀ ਤਿਆਰ ਹੀ ਆ ਬਸ ਇਹਦਾ ਸੇਕ ਵਗੈਰਾ ਤਿਆਰ ਹੋ ਗਿਆ ਹੁਣ ਸੇਕ ਵਗੈਰਾ ਤਿਆਰ ਹੋ ਰਿਹਾ ਅਤੇ ਇਹਨੂੰ ਬਸ ਥੋੜ੍ਹਾ ਥੋੜ੍ਹਾ ਵੇਲ ਕੇ ਹੈ ਨਾ ਥੋੜ੍ਹਾ ਥੋੜ੍ਹਾ ਵੇਲ ਲਏ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਮੋਟਾ ਵੀ ਨਾ ਰੱਖੇ ਅਤੇ ਪਤਲਾ ਵੀ ਨਾ ਰੱਖੇ ਇਹਨੂੰ ਆਹ ਬੇਸ ਤਿਆਰ ਹੋਣ ਤੋਂ ਬਾਅਦ ਆਹ ਸਪੂਨ ਉਹ ਮੈਗੀ ਜੀ ਵਾਲਾ ਅਤੇ ਇਹਦੇ ਨਾਲ ਇਹਦੇ 'ਤੇ ਰੱਖ ਕੇ ਹਾਂ ਇਹ 'ਤੇ ਥਾਲੀ 'ਤੇ ਰੱਖ ਕੇ ਨਾ ਇਹਨੂੰ ਮਾੜਾ ਮਾੜਾ ਵਿੱਚ ਕਰਨਾ ਜਿਵੇਂ ਥੋੜ੍ਹੇ ਥੋੜ੍ਹੇ ਮੋਰੇ ਜੇ ਕੱਢਣੇ ਆ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਹਾਂ ਪੀਜ਼ਾ ਪਾਸਤਾ ਸੋਸ ਲਾਵਾਂਗੇ ਅਤੇ ਇਹ ਵਧੀਆ ਅੰਦਰ ਤੱਕ ਚਲੀ ਜਾਵੇ ਆਹ ਜਿਹੜੇ ਮੋਰੇ ਆ ਹਰੇਕ ਸਾਰੇ ਦੇ ਪੀਜ਼ੇ ਦੇ ਮਾੜੇ ਸਾਰੇ 'ਤੇ ਡੰਮ ਜੇ ਕਰ ਦਿਓ ਉਸ ਤੋਂ ਬਾਅਦ ਆ ਜਿਹੜੀ ਪੀਜ਼ਾ ਪਾਸਤਾ ਸੋਸ ਆ ਇਹਦੇ ਉੱਤੇ ਆਪਾਂ ਲਾਵਾਂਗੇ ਮਾੜੀ ਕਿਉਂਕਿ ਇਹਦੇ ਨਾਲ ਹੀ ਫਲੇਵਰ ਆਊਗਾ ਇਹਨੂੰ ਟੇਸਟ ਵਗੈਰਾ ਵੀ ਇਹ ਦੇਊਗੀ ਅਤੇ ਫਲੇਵਰ ਵੀ ਆਊਗਾ ਬਸ ਇਹਦੇ ਉੱਤੇ ਸਾਰੀ ਉੱਤੇ ਐਂ ਲਾ ਦੇਣੀ ਰਗੜ ਦੇਣੀ ਇਹਨੂੰ ਅਤੇ ਉਦੋਂ ਬਾਅਦ ਆ ਪਨੀਰ ਚੀਜ਼ ਇਹਨੂੰ ਆਪਾਂ ਕੱਦੂਕਸ ਕਰਾਂਗੇ ਇਹਦੇ ਉੱਤੇ ਉਹ ਤੁਹਾਨੂੰ ਦਿਖਾਵਾਂਗੇ ਯਾਰ ਬਾਈ ਜਿਹੜਾ ਘਰ ਬਣਾਈ ਚੀਜ਼ ਦਾ ਸਵਾਦ ਹੈ ਨਾ ਉਹ ਬਾਹਰ ਨਹੀਂ ਆਉਂਦਾ ਗਾ ਹੁਣ ਘਰ ਬਣਾਈ ਆ ਹਰੇਕ ਚੀਜ਼ ਆਪਣੀ ਘਰ ਦੀ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਬਾਹਰ ਬਣਦਾ ਹੈਗਾ ਸਵਾਦ ਤਾਂ ਆਉਂਦਾ ਥੋੜ੍ਹਾ ਥੋੜ੍ਹਾ ਪਰ ਵੀ ਉਹਦੀ ਗੱਲ ਜੀ ਨਹੀਂ ਬਣਦੀ ਗੀ ਕੀ ਆ ਹਾਂ ਚੀਜ਼ ਦੇ ਉੱਤੇ ਹਾਂ ਕੱਦੂਕਸ ਕਰਾਂਗੇ ਆ ਵੇਖੋ ਲੈ ਵੀ ਚੀਜ਼ ਦੀ ਹੋਣ ਲੱਗ ਗਈ ਮੰਮੀ ਇਹਨੂੰ ਪਤਲੇ ਵਾਲਾ ਕਰੋ ਥੋੜ੍ਹਾ ਜਿਹਾ ਜ਼ਿਆਦਾ ਮੋਟਾ ਨਹੀਂ ਇੱਧਰਲਾ ਕਰੋ ਆਹ ਕਰੋ ਆਹ ਕਰੋ ਆਹ ਵਾਲਾ ਕਰ ਲਓ ਦੇਖਣ 'ਚ ਵੇਖੋ ਯਾਰ ਕਿੱਡਾ ਘੈਂਟ ਲੱਗਦਾ ਬਸ ਇਹਦੇ ਉੱਤੇ ਇੱਕ ਵਾਰੀ ਇਹਦੀ ਦੇ ਕੇ ਨਾ ਪਰਤ ਜੀ ਚੜ੍ਹਾ ਕੇ ਉਦੋਂ ਬਾਅਦ ਆਪਾਂ ਆਹ ਚੀਜ਼ ਸਮਾਨ ਵਗੈਰਾ ਪਾਵਾਂਗੇ ਇਹਦੇ 'ਤੇ ਸਾਰਾ ਉੱਪਰ ਲਾਉਣ ਤੋਂ ਬਾਅਦ ਕੀ ਨਾਮ ਹੁੰਦਾ ਸ਼ਿਮਲਾ ਮਿਰਚ ਹੋ ਗਈ ਟਮਾਟਰ ਹੋ ਗਿਆ ਪਿਆਜ਼ ਹੋ ਗਿਆ ਇਦੋਂ ਬਾਅਦ ਚੀਜ਼ ਦੀ ਵਰਕਾ ਫਿਰ ਇੱਕ ਵਾਰੀ ਫਿਰ ਕਰਾਂਗੇ ਇਹਦੇ ਨਾਲ ਹੀ ਤਾਂ ਨਜ਼ਾਰਾ ਆਉਂਦਾ ਉੱਤੇ ਯਾਰ ਮਤਲਬ ਪੀਜ਼ੇ ਨੂੰ ਇੱਕ ਅਲੱਗ ਹੀ ਰੂਪ ਮਿਲਦਾ ਆ ਸਾਈਡਾਂ 'ਤੇ ਨਾ ਆਪਾਂ ਥੋੜ੍ਹਾ ਥੋੜ੍ਹਾ ਘਿਓ ਲਾਵਾਂਗੇ ਉਹ ਇਸ ਕਰਕੇ ਬਈ ਇਹ ਨਾਲ ਚਿਪੇ ਨਾ ਇਸ ਕਰਕੇ ਥੋੜ੍ਹਾ ਥੋੜ੍ਹਾ ਘਿਓ ਲਾਵਾਂਗੇ ਜਦੋਂ ਇਹ ਮੈਲਟ ਕਰ ਜੂਗਾ ਆਪੇ ਨੀਚੇ ਸਾਰੇ ਕਿਤੇ ਚਲਾ ਜਾਊਗਾ ਅਤੇ ਹੁਣ ਉਹ ਤਿਆਰ ਹੈ ਨਮਕ ਪਾ ਰੱਖਿਆ ਆ ਨਮਕ ਹੈ ਅਤੇ ਸਿੱਧਾ ਆਪਾਂ ਥਾਲੀ ਨੂੰ ਆਪਾਂ ਉੱਥੇ ਰੱਖ ਦਿਓ ਧਿਆਨ ਨਾਲ ਚਾ ਲਓ ਜੀ ਹੁਣ ਕਰਾਂਗੇ ਆਪਾਂ ਵੇਟ ਕਿੰਨਾ 15 ਮਿੰਟ ਕਿ 20 ਮਿੰਟ 20 ਤੋਂ 25 ਮਿੰਟ ਤੱਕ ਇਹਨੂੰ ਮਤਲਬ ਧੀਮੀ ਆਂਚ 'ਤੇ ਹੈ ਨਾ ਜ਼ਿਆਦਾ ਤੇਜ਼ ਨਾ ਕਰੇ ਸੇਕ ਨੂੰ ਥੋੜ੍ਹਾ ਘੱਟ ਜਿਹਾ ਰੱਖੇ ਅਤੇ ਉੱਨੀ ਚਿਰ ਆਪਾਂ ਵੇਟ ਕਰਾਂਗੇ ਤਾਂ ਫਿਰ ਉੱਨੀ ਚਿਰ ਤੁਸੀਂ ਵੇਟ ਕਰੋ ਯਾਰ ਉੱਨੀ ਚਿਰ ਅਸੀਂ ਵੇਟ ਕਰਾਂਗੇ ਪੀਜ਼ਾ ਬਣਨ ਦਾ ਅਤੇ ਉਸ ਤੋਂ ਬਾਅਦ ਖਾਵਾਂਗੇ ਫਿਰ ਆਪਾਂ ਲੈ ਵੀ ਮਿੱਤਰੋ ਇੰਤਜ਼ਾਰ ਦੀ ਘੜੀ ਹੋਈ ਖਤਮ ਅਤੇ ਆਪਾਂ ਬਸ 5 ਕੁ ਮਿੰਟ ਹੋਰ ਲੱਗਣਗੇ ਅਤੇ ਉਹਦੇ ਉਸ ਤੋਂ ਪਹਿਲਾਂ ਆਪਾਂ ਤਿਆਰ ਕਰਦੇ ਹਾਂ ਇੱਕ ਰੂਹ ਅਫਜ਼ਾ ਅਲੱਗ ਸਟਾਈਲ 'ਚ ਇਹਦੇ ਲਈ ਚਾਹੀਦਾ ਆਪਾਂ ਨੂੰ ਰੂਹ ਅਫਜ਼ਾ ਅਤੇ ਹੋਰ ਠੰਡਾ ਪਾਣੀ ਠੀਕ ਹੈ
ਇਹ ਯਾਰ ਤੁਸੀਂ ਟਰਾਈ ਕਰਿਓ ਜ਼ਰੂਰ ਯਾਰ, ਤੁਹਾਨੂੰ ਦਿਖਾਉਣਾ ਮੈਂ ਕਿਵੇਂ ਬਣਦਾ ਇਹ। ਅਤੇ ਉਹਦੇ ਲਈ ਇੱਕ ਚਾਹੀਦਾ ਆਪਾਂ ਨੂੰ ਆਹ ਗੂੰਦਕ ਤੀਰਾ। ਇਹ ਗੂੰਦਕ ਤੀਰਾ ਮੈਂ ਪਹਿਲਾਂ ਹੀ ਭਿਉਂਇਆ ਹੋਇਆ ਸੀਗਾ, ਵੀ ਮੋਸਟਲੀ ਯਾਰ ਹਫ਼ਤੇ 'ਚ ਇੱਕ ਦੋ ਵਾਰੀ ਲੈ ਲੈਂਦਾ ਹੁੰਦਾ ਇਹ ਗੂੰਦਕ ਤੀਰਾ, ਵਧੀਆ ਹੁੰਦਾ। ਮੰਨ ਲਓ ਜਦੋਂ ਜਿਵੇਂ ਆਪਾਂ ਚਿਕਨ ਵਗੈਰਾ ਖਾਂਦੇ ਹਾਂ ਹੈ ਨਾ, ਜਿਵੇਂ ਕੋਈ ਨੋਨ ਵੈਜ ਆਈਟਮ ਖਾਂਦੇ ਹਾਂ, ਉਹਦੇ ਨਾਲ ਥੋੜ੍ਹੀ ਗਰਮੀ ਜਿਹੀ ਪੈ ਜਾਂਦੀ ਆ, ਉਹਦੇ ਲਈ ਮਤਲਬ ਗੂੰਦਕ ਤੀਰੇ ਵਾਲਾ ਸ਼ੇਕ ਜਿਹਾ ਬਣਾਉਂਦੇ ਹਾਂ, ਬਹੁਤ ਵਧੀਆ ਰਹਿੰਦਾ। ਅਤੇ ਇੱਕ ਲਿਆ ਹੋਇਆ ਆਹ ਸ਼ੂਗਰ, ਮਤਲਬ ਖੰਡ ਹੈ ਪੀਸ ਕੇ ਰੱਖੀ ਹੋਈ ਹੈ ਪਹਿਲਾਂ ਹੀ। ਅਤੇ ਹੁਣ ਤਿਆਰ ਕਰਦੇ ਹਾਂ, ਦੋ ਗਲਾਸ ਤਿਆਰ ਕਰਾਂਗੇ, ਇੱਕ ਮੰਮੀ ਵਾਸਤੇ ਅਤੇ ਇੱਕ ਮੇਰੇ ਵਾਸਤੇ। ਉਹਦੇ ਲਈ ਚੱਕੇ ਦੋ ਗਲਾਸ, ਅਤੇ ਇੱਕ ਲਵਾਂਗੇ ਛੋਟਾ ਜਿਹਾ ਨਿੰਬੂ। ਲੈ ਵੀ ਹੁਣ ਤਿਆਰ ਕਰੀਏ। ਸਭ ਤੋਂ ਪਹਿਲਾਂ ਬਈ ਆਹ ਰੂਹ ਅਫਜ਼ਾ ਮੋਸਟਲੀ ਆ ਹਰੇਕ ਘਰ ਹੁੰਦਾ ਜਾਂ ਗਰਮੀਆਂ 'ਚ ਆਪਾਂ ਯੂਜ਼ ਕਰਦੇ ਹਾਂ ਇਹਨੂੰ, ਅਤੇ ਇਹਦੇ 2 ਚਮਚ ਪਾਉਣੇ ਆ, 1, 2, ਠੀਕ ਆ। ਇਹਦੇ 2-2 ਚਮਚ ਪਾਉਣੇ ਆ, ਜ਼ਿਆਦਾ ਨਹੀਂ ਪਾਉਣਾ, ਜ਼ਿਆਦਾ ਪਾਵਾਂਗੇ ਨਾ ਮਿੱਠਾ ਜਿਹਾ ਜ਼ਿਆਦਾ ਹੋ ਜਾਂਦਾ ਯਾਰ। ਅਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ 1 ਜਾਂ 1.5 ਚਮਚ ਗੂੰਦਕ ਤੀਰੇ ਦਾ, ਫਿਰ 1 ਚਮਚ ਸ਼ੂਗਰ, ਉਸ ਤੋਂ ਬਾਅਦ ਨੋਰਮਲ ਪਾਣੀ, ਮਿੱਤਰੋ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਯਾਰ, ਬਹੁਤ ਘੈਂਟ ਮਤਲਬ ਪੈਸਾ ਵਸੂਲ ਕੰਮ ਹੈ, ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ। ਅਤੇ ਇਹਦੇ ਵਿੱਚ ਇੱਕ ਤਾਂ ਗੂੰਦਕ ਤੀਰਾ ਪਾਇਆ, ਇੱਕ ਆਪਾਂ ਮਿੱਠਾ ਪਾਇਆ, ਇੱਕ ਉਹ ਹੋ ਗਿਆ ਰੂਹ ਅਫਜ਼ਾ, ਅਤੇ ਇੱਕ ਚੀਜ਼ ਬਣੂਗੀ ਬਾਹਲੀ ਘੈਂਟ ਹੁਣ ਗਰਮੀਆਂ ਵਗੈਰਾ ਹੈ ਨਾ, ਅਤੇ ਆਪਾਂ ਨੋਨ ਵੈਜ ਆਈਟਮ ਅਤੇ ਜਾਂ ਫਿਰ ਜ਼ਿਆਦਾ ਯਾਰ ਉਹ ਖਾਂਦੇ ਹਾਂ ਸਪਾਈਸੀ ਆਈਟਮਾਂ, ਅਤੇ ਉਹਦੇ ਨਾਲ ਜਿਵੇਂ ਲੀਵਰ 'ਚ ਗਰਮੀ ਗੁਰਮੀ ਪੈ ਜਾਂਦੀ ਮਾੜੀ ਮੋਟੀ, ਅਤੇ ਉਹਦੇ ਲਈ ਵਧੀਆ ਹੁੰਦਾ ਇਹ। ਅਤੇ ਗੂੰਦਕ ਤੀਰੇ ਵਾਲਾ, ਅਤੇ ਮਾਤਾ ਤਾਂ ਬਿਨਾਂ ਨਿੰਬੂ ਵਾਲਾ ਪੀਣਗੇ, ਆਪਾਂ ਥੋੜ੍ਹਾ ਜਿਹਾ ਨਿੰਬੂ ਪਾਵਾਂਗੇ ਵਿੱਚ, ਆਪਣੇ ਵਾਲੇ 'ਚ ਨਿੰਬੂ ਪਾਵਾਂਗੇ। ਅਤੇ ਆਈ ਹੋਪ ਯਾਰ ਤੁਸੀਂ ਇਹ ਟਰਾਈ ਕਰਕੇ ਦੇਖੋ, ਇੱਕ ਵਾਰੀ ਤੁਹਾਨੂੰ ਪਸੰਦ ਜ਼ਰੂਰ ਆਊਗਾ ਯਾਰ ਇਹ ਵਾਲਾ। ਆਹ ਦੇਖੋ, ਲੈ ਬਈ ਮੈਂ ਤਾਂ ਆਪਦੇ ਵਾਲੇ 'ਚ ਪਾਊਂਗਾ ਥੋੜ੍ਹਾ ਜਿਹਾ ਨਿੰਬੂ, ਇਹਦੇ ਨਾਲ ਥੋੜ੍ਹਾ ਜਿਹਾ ਫਲੇਵਰ ਜਿਹਾ ਵਧੀਆ ਹੋ ਜੂਗਾ। ਅਤੇ ਲਓ ਜੀ ਆਪਣਾ ਪੀਜ਼ਾ ਹੋ ਗਿਆ ਬਣ ਕੇ ਰੈਡੀ ਪੂਰਾ। ਅਤੇ ਯਾਰ ਦੇਖੋ ਦੇਖਣ 'ਚ ਹੀ ਕਿੰਨਾ ਵਧੀਆ ਲੱਗ ਰਿਹਾ ਹੈ ਨਾ, ਇਹਦੇ ਉੱਤੇ ਆਪਾਂ ਸੌਸ ਵਗੈਰਾ ਕਰ ਦਾਂਗੇ ਨਾ, ਪਾ ਦਾਂਗੇ, ਉਸ ਤੋਂ ਬਾਅਦ ਟੇਸਟ ਵਧੀਆ ਹੋ ਜੂਗਾ। ਅਤੇ ਆਹ ਇੱਕ ਤਿਆਰ ਕੀਤੇ ਹੋਏ ਆ ਲਾਲ ਮਿਰਚ ਵਗੈਰਾ, ਉਹਨੂੰ ਥੋੜ੍ਹੀ ਰਗੜ ਕੇ, ਜਿਵੇਂ ਉਹਦੇ 'ਚ ਆਪਾਂ ਲੈਂਦੇ ਹਾਂ ਬਾਜ਼ਾਰੋਂ ਔਰਗੈਨੋ ਵਗੈਰਾ ਪਾਉਂਦੇ ਆ ਨਾ, ਬਸ ਉਸੇ ਚੀਜ਼ ਆ ਇਹ, ਸੇਮ ਹੀ ਤਿਆਰ ਹੋ ਜੂ, ਕੋਈ ਚੱਕਰ ਵਾਲੀ ਗੱਲ ਨੀਗੀ। ਚੱਕਦਾ ਇੱਕ ਮਿੰਟ, ਲੈ ਵੀ ਮਿੱਤਰੋ ਪੀਜ਼ਾ ਆਪਣਾ ਰੈਡੀ ਹੈ। ਅਤੇ ਇਹਦੇ ਨਾਲ ਕੱਟ ਕਰਾਂਗੇ ਆਪਾਂ, ਕਟਰ ਹੈਗਾ ਘਰੇ, ਅਤੇ ਜੇ ਚਾਕੂ ਵਗੈਰਾ ਨਾਲ ਵੀ ਕਰ ਸਕਦੇ ਹਾਂ, ਕੋਈ ਚੱਕਰ ਵਾਲੀ ਗੱਲ ਨੀਗੀ, ਇਹਦੇ ਨਾਲ ਕੱਟ ਕਰਕੇ ਅਤੇ ਫਿਰ ਦਿਖਾਉਣੇ ਤੁਹਾਨੂੰ। ਇਹਦੇ ਉੱਤੇ ਆ ਜਿਹੜਾ ਚਿੱਲੀ ਸੌਸ ਵਗੈਰਾ ਤਿਆਰ ਕੀਤੀ ਹੈ ਨਾ, ਆਹ ਪਾ ਲਾਂਗੇ, ਇਹਦੇ ਨਾਲ ਵਧੀਆ ਥੋੜ੍ਹਾ ਜਿਹਾ ਕਰਾਰਾ ਜਿਹਾ ਬਣ ਜੂਗਾ ਪੀਜ਼ਾ, ਬਾਹਲਾ ਵੀ ਨਹੀਂ ਪਰਾਵਾਂਗੇ ਭਰਾਵਾ। ਚਲੀਏ ਕੱਟ ਕਰ ਲਿਆ, ਮੰਮੀ ਉਹ ਕੱਢ ਲਿਆਓ ਫਰਿੱਜ 'ਚ ਪਿਆ ਉਸ 'ਚ ਉਹ ਰੂਹ ਅਫਜ਼ਾ ਵਾਲਾ। ਲਓ ਵੀ ਮਿੱਤਰੋ ਪੀਜ਼ਾ ਆਪਣਾ ਹੋ ਗਿਆ ਰੈਡੀ, ਅਤੇ ਬਸ ਖਾਂਦੇ ਹਾਂ। ਕੱਟ ਵਗੈਰਾ ਵੀ ਕਰ ਲਿਆ ਸੀ ਉਹਦੇ ਨਾਲ, ਤਿਆਰ ਨਾਲ ਸ਼ੇਕ ਵਗੈਰਾ ਵੀ ਤਿਆਰ ਆ। ਅਤੇ ਯਾਰ ਆਪਣਾ ਨਾ ਬਈ ਇੰਸਟਾਗ੍ਰਾਮ ID ਸਕਰੀਨ 'ਤੇ ਚੱਲ ਰਹੀ ਆ, ਅਤੇ ਯਾਰ ਇੰਸਟਾਗ੍ਰਾਮ 'ਤੇ ਆਪਾਂ ਅਪਡੇਟ ਲੇਟੈਸਟ ਦਿੰਦੇ ਰਹਿੰਦੇ ਹਾਂ, ਅਤੇ ਉੱਥੇ ਜਾ ਕੇ ਆਪਾਂ ਨੂੰ ਫੋਲੋ ਜ਼ਰੂਰ ਕਰ ਲਿਓ। ਅਤੇ ਹੁਣ ਮਿਲਦੇ ਹਾਂ, ਅਤੇ ਫਿਰ ਟੇਸਟ ਵਗੈਰਾ ਕਰਦੇ ਹਾਂ ਕਿਵੇਂ ਬਣਿਆ। ਲੈ ਖਾਓ ਦੱਸੋ ਕਿਵੇਂ ਬਣਿਆ ਟੇਸਟ।
ਘੈਂਟ ਘੈਂਟ ਪਰ ਇਹ ਜਮਾ ਦੇਸੀ ਸਟਾਈਲ ਚ ਬਣਾਇਆ ਨਾ ਤੇ ਮੈਂ ਕਹਿੰਦਾ ਨਜ਼ਾਰਾ ਆ ਗਿਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਇੱਕ ਵਾਰੀ ਘਰੇ ਬਣਾ ਕੇ ਦੇਖਿਓ ਓਵਨ ਨਹੀਂ ਵੀ ਹੈ ਤਾਂ ਵੀ ਚੱਲ ਜੂ ਗੱਡੀ ਦੇਖੋ ਜਿਵੇਂ ਬਿਨਾਂ ਓਵਨ ਤੋਂ ਕਿੱਡਾ ਘੈਂਟ ਬਣਿਆ ਹਨਾ ਟਰਾਈ ਕਰਿਓ ਤੇ ਫਿਰ ਕੋਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲੇ ਜਿਹੜਾ ਆਪਾਂ ਆਹ ਬਣਾਇਆ ਰੂਹ ਅਫਜ਼ਾ ਇਹ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇਹ ਬਹੁਤ ਵਧੀਆ ਚੀਜ਼ ਹੈ ਇਹ ਲਿਵਰ ਨੂੰ ਸੈੱਟ ਰੱਖਦੀ ਆ ਅਤੇ ਹਾਂ ਵਿੱਚ ਗੂੰਦ ਕਤੀਰਾ ਪਾਇਆ ਉਹ ਮੈਂ ਦੱਸਿਆ ਸੀ ਸਾਰਾ ਅਤੇ ਮਿਲਦੇ ਹਾਂ ਫਿਰ ਆਪਾਂ ਨਵੇਂ ਵਲੋਗ 'ਚ ਅਤੇ ਤੁਸੀਂ ਕੋਮੈਂਟ ਕਰਕੇ ਜ਼ਰੂਰ ਦੱਸਿਓ ਕਿ ਯਾਰ ਆਪਣੇ ਦੇਸੀ ਪੀਜ਼ੇ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਅਤੇ ਫਿਰ ਆਪਾਂ ਮਿਲਦੇ ਹਾਂ ਨਵੇਂ ਵਲੋਗ 'ਚ ਠੀਕ ਹੈ ਜੀ।